ਜਿਹੜੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਠੱਲ ਪਾਉਣ ਲਈ ਜਿਹੜੀ ਕਿ ਟਾਈਮ ਟੂ ਟਾਈਮ ਚੈਕਿੰਗ ਕੀਤੀ ਜਾਂਦੀ ਹੈ, ਇਸੇ ਲੜੀ ਦੇ ਤਹਿਤ ਅੱਜ ਜਿਹੜੇ ਕਿ ਮੁਹੱਲਾ ਸ਼ਹਿਰੀ ਹੈ ਅਤੇ ਮਹਤਾਬਗੜ੍ਹ ਹੋਰ ਇਲਾਕਿਆਂ ਦੇ ਵੀ ਚੈਕਿੰਗ ਕੀਤੀ ਗਈ ਹੈ, ਕਿਸ ਤਰੀਕੇ ਨਾਲ ਆਉਣ ਵਾਲੇ ਟਾਈਮ ਦੇ ਨਸ਼ੇ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ। ਜਿਹੜਾ ਸਾਡਾ ਈਗਲ 5 ਆਪਰੇਸ਼ਨ ਚੱਲ ਰਿਹਾ, ਉਹਦੇ ਵਿੱਚ ਅਸੀਂ ਜਿੰਨੇ ਡਰੱਗ ਹੋਟਸਪੋਟਸ ਹੈ ਮੇਰੇ ਪਿੰਡ ਜ਼ਿਲ੍ਹਿਆਂ ਦੇ ਵਿੱਚ, ਹੁਸ਼ਿਆਰਪੁਰ, ਜਲੰਧਰ, ਰੂਰਲ ਔਰ ਕਪੂਰਥਲਾ, ਇਹਦੇ ਵਿੱਚ ਹੋਟਸਪੋਟਸ 'ਤੇ ਅਸੀਂ ਦਬਿਸ਼ ਦੇ ਰਹੇ ਹਾਂ। ਉਹਦੇ ਵਿੱਚ ਕਪੂਰਥਲੇ ਦੇ ਵਿੱਚ ਜਿਵੇਂ ਸਾਡੇ ਕੋਲ 8 ਤੋਂ 10 ਹੋਟਸਪੋਟਸ ਹੈ, ਇਹਦੇ ਸ਼ਹਿਰੀ ਮੁਹੱਲਾ ਦੇ ਵਿੱਚ ਮੈਂ ਆਇਆ ਹੈਗਾ, ਇਹਨਾਂ ਦਾ ਆਪਰੇਸ਼ਨ ਖਤਮ ਹੋ ਗਿਆ ਆਲਮੋਸਟ, ਔਰ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਇਹਨਾਂ ਨੇ 24 ਦੇ ਕਰੀਬ ਜਿਹੜੇ ਹੈਗੇ ਬੰਦੇ ਹੈਗੇ ਉਹ ਰਾਊਂਡ ਅਪ ਕੀਤੇ ਹੈ, 14 ਬੰਦੇ ਅਰੈਸਟ ਕੀਤੇ ਹੈ ਔਰ 10 ਦੇ ਕਰੀਬ ਸ਼ੱਕੀ ਪੁਰਸ਼ ਜਿਹੜੇ ਹੈਗੇ ਫੜੇ। ਬੇਸਿਕਲੀ ਸਾਡਾ ਇਹ ਸੀਗਾ ਕਿ ਇਹ ਇੱਥੇ ਪਹਿਲਾਂ ਸਬ ਜੇਲ ਹੁੰਦੀ ਸੀਗੀ, ਥੋੜ੍ਹਾ ਨੋਟੋਰੀਅਸ ਏਰੀਆ ਸੀਗਾ, ਥੋੜ੍ਹਾ ਕ੍ਰਾਈਮ ਇੱਥੇ ਸੀਗਾ, ਇਸ ਕਰਕੇ ਇਸ ਪਰਟੀਕੁਲਰ ਏਰੀਏ 'ਚ ਦਬਿਸ਼ ਦਿੱਤੀ ਗਈ। ਸਰ, ਆਉਣ ਵਾਲੇ ਟਾਈਮ 'ਤੇ ਜਿੱਦਾਂ ਕਿ ਹੋਰ ਵੀ ਜਿਹੜਾ ਕਿ ਡਰੱਗ ਮਾਫੀਆ ਹੈਗੇ, ਉਹਨਾਂ ਨੂੰ ਕਿਸ ਤਰੀਕੇ ਨਾਲ ਨੱਥ ਪਾਈ ਜਾਓਗੇ, ਕੋਈ ਹੋਰ ਵੀ ਕੋਈ ਪਲੈਨਿੰਗ? ਸਾਡੇ ਇੱਕ ਤਾਂ ਅਸੀਂ ਪਿਛਲੇ 1 ਸਾਲ ਦੇ ਨਾ ਹੈਬਿਚੁਅਲ ਅਫੈਂਡਰਸ ਹੈ, ਜਿਹੜੇ ਬੇਲ ਆਊਟ ਕ੍ਰਿਮੀਨਲਸ ਹੈ, ਪਿਛਲੇ 1 ਸਾਲ ਦੇ ਵਿੱਚ ਜਿਹੜੇ ਲੁੱਟਾਂ ਖੋਹਾਂ ਦੇ ਵਿੱਚ ਜਾਂ ਚੋਰੀਆਂ ਦੇ ਵਿੱਚ ਸੀਗੇ ਇਨਵੋਲਵ, ਉਹ ਬੰਦੇ ਬਾਹਰ ਆਏ ਆ, NDPS ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਬਾਹਰ ਆਏ ਆ, ਉਹਨਾਂ ਦੀ ਲਿਸਟਾਂ ਬਣਾ ਰਿਹਾ, ਉਹਨਾਂ 'ਤੇ ਸਰਵੇਲੈਂਸ ਰੱਖੀ ਜਾਏਗੀ ਕਿ ਦੁਆਰ ਤੋਂ ਤਾਂ ਨਹੀਂ ਉਹ ਕੰਮ ਕਰਦੇ, ਕਿਉਂਕਿ ਮੈਂ ਸਮਝਦਾ ਕਿ ਜਿਹੜਾ 70-80% ਕ੍ਰਾਈਮ ਹੈ ਉਹ ਜਿਹੜਾ ਹੈਬਿਚੁਅਲ ਅਫੈਂਡਰ ਬਾਹਰ ਆ ਜਾਂਦਾ ਉਹੀ ਕਰਦਾ, ਨਵਾਂ ਜਿਹੜਾ ਕ੍ਰਿਮੀਨਲ ਉਹ ਘੱਟ ਜੁੜਦਾ, ਲੇਕਿਨ ਜਿਹੜਾ ਹੈਬਿਚੁਅਲ ਅਫੈਂਡਰ ਹੈ ਉਹ ਬਾਰ ਬਾਰ ਕ੍ਰਾਈਮ ਕਰਦਾ। ਸਰ, ਜਿਹੜੇ ਲੋਕ ਕਹਿ ਲਓ ਕਿ ਨਸ਼ਿਆਂ ਨੂੰ ਛੱਡ ਕੇ ਮੁੱਖ ਧਾਰਾ 'ਚ ਵਾਪਸ ਆਉਣਾ ਚਾਹੁੰਦੇ ਆ, ਉਹ ਲਈ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ? ਉਹਦੇ ਵਾਸਤੇ ਰੀਹੈਬਿਲੀਟੇਸ਼ਨ ਹੈ, ਉਹਦੇ ਵਾਸਤੇ ਸਿਵਲ ਡਿਪਾਰਟਮੈਂਟ ਆਲਰੇਡੀ ਲਿੰਕਡ ਹੈ, DC ਹੈਗੇ, ਸਿਵਲ ਸਰਜਨ ਇਨਵੋਲਵ ਹੈਗੇ, ਅਤੇ ਜਿਹੜਾ ਮੁੱਖ ਧਾਰਾ 'ਚ ਆਉਣਾ ਚਾਹੁੰਦਾ ਔਰ ਇਹ ਵੀ ਸਾਡਾ ਉਪਰਾਲਾ ਹੈ, ਕ੍ਰਿਮੀਨਲ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਔਰ ਜਿਹੜਾ ਮੁੱਖ ਧਾਰਾ ਦੇ ਵਿੱਚ ਆਉਣਾ ਚਾਹੁੰਦਾ ਉਹਨੂੰ ਜੋੜਿਆ ਜਾਵੇ। ਤਾਂ ਸਰ, ਜਿਹੜੇ ਕਿ ਹੋਰ ਡਰੱਗ ਮਾਫੀਆ ਵਾ, ਜਿਹੜੇ ਕਿ ਕ੍ਰਿਮੀਨਲ ਮਾਈਂਡਡ ਬੰਦੇ ਆ, ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੋਗੇ ਪੁਲਿਸ ਪ੍ਰਸ਼ਾਸਨ ਵੱਲੋਂ? ਦੇਖੋ, ਜਾਂ ਤਾਂ ਏਰੀਆ ਉਹ ਛੱਡ ਕੇ ਭੱਜੋ ਇੱਥੋਂ, ਜਾਂ ਫਿਰ ਉਹ ਆਪਣਾ ਕੰਮ ਬੰਦ ਕਰ ਦਿਓ, ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਜਿਹੜਾ ਡਰੱਗ ਦੇ ਵਿੱਚ ਇਨਵੋਲਵ ਹੈ। ਚੱਲ ਰਹੀ ਇਹਦੇ ਵਿੱਚ ਜਿੰਨੇ ਰੇਂਜ ਦੇ ਵਿੱਚ ਹੋਟਸਪੋਟਸ ਐਂਡ ਡਰੱਗ ਰਿਲੇਟਡ ਹੋਟਸਪੋਟਸ ਆ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ, ਉਹਨਾਂ ਦੇ ਉੱਤੇ ਬੰਦਿਸ਼ ਦਿੱਤੀ ਜਾ ਰਹੀ ਹੈ। ਔਰ ਇਹਦੇ ਵਿੱਚ ਸਾਡੇ ਜਲੰਧਰ ਰੂਰਲ ਦੇ ਵਿੱਚ 8 ਦੇ ਕਰੀਬ ਹੋਟਸਪੋਟਸ ਹੈ, ਹੁਸ਼ਿਆਰਪੁਰ ਦੇ ਵਿੱਚ 10-12 ਹੋਟਸਪੋਟਸ ਹੈ, ਔਰ ਜਿਹੜਾ ਕਪੂਰਥਲੇ ਦੇ ਵਿੱਚ 8-10 ਹੋਟਸਪੋਟਸ ਹੈ। ਸ਼ਹਿਰੀ ਮੁਹੱਲਾ ਦੇ ਵਿੱਚ ਅਸੀਂ ਵਿਜ਼ਿਟ ਕੀਤਾ ਹੈਗਾ, ਇਹਦੇ ਵਿੱਚ ਹੁਣੀ ਜਸਟ ਆਪਰੇਸ਼ਨ ਇਹ ਖਤਮ ਹੋਇਆ, 2 ਸਬ ਡਿਵੀਜ਼ਨਸ 'ਚ ਜਿਹੜਾ ਹੈਗਾ ਇਹ ਆਪਰੇਸ਼ਨ ਚੱਲ ਰਿਹਾ ਹੈ। ਤਕਰੀਬਨ 14 ਦੇ ਕਰੀਬ ਅਸੀਂ ਐਕਿਊਜ਼ ਜਿਹੜੇ ਹੈਗੇ ਉਹ ਫੜੇ ਹੈਗੇ ਇਸ ਆਪਰੇਸ਼ਨ ਦੇ ਵਿੱਚ, ਔਰ 10 ਦੇ ਕਰੀਬ ਜਿਹੜੇ ਸ਼ੱਕੀ ਵਿਅਕਤੀ ਹੈਗੇ ਉਹਨਾਂ ਨੂੰ ਲਿਆਉਂਦਾ ਹੈਗਾ, ਪੁੱਛਤਾਛ ਉਹਨਾਂ ਤੋਂ ਹੋਏਗੀ। ਇਸ ਤੋਂ ਇਲਾਵਾ ਜਿਹੜਾ ਹੈਗਾ NDPC ਰਿਕਵਰੀ ਵਗੈਰਾ ਜਿਹੜੀ ਹੈਗੀ ਆ, ਉਹਦੀਆਂ ਡਿਟੇਲ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਜਦੋਂ ਇਹ ਪਰਚੇ ਦਰਜ ਹੁੰਦੇ ਉਹ ਤੋਂ ਬਾਅਦ ਸ਼ੇਅਰ ਕੀਤੇ ਜਾਣਗੇ। ਸਰ, ਕੀ ਰਿਕਵਰੀ ਹੋਈ ਇਹਨਾਂ ਦੇ ਜਿਹੜੇ ਤੁਸੀਂ ਅਰੈਸਟ ਗਰਾਊਂਡ ਉੱਤੇ? ਜਿਵੇਂ ਸਾਡੇ ਪੁਰਾਣੇ ਮੁਕੱਦਮੇ ਕੁਛ ਹਾਰਟ ਕੇਸਿਸ ਹੈਗੇ ਆ, ਕੁਛ NDPS ਦੇ ਕੇਸਿਸ ਹੈਗੇ ਆ, ਉਹਦੇ ਵਿੱਚ ਇਹਨਾਂ ਨੂੰ ਫੜਿਆ ਹੈਗਾ, ਅਤੇ ਇਹਦੀ ਡਿਟੇਲਸ ਜਿਹੜੀ ਹੈਗੀ ਹੈ ਕੁਛ ਸਨੈਚਰ ਵੀ ਫੜੇ, ਅਤੇ ਉਹਨਾਂ ਦੀ ਰਿਕਵਰੀ ਫਿਰ ਤੁਹਾਡੇ ਨਾਲ ਪੁੱਛਤਾਛ, ਕਿਉਂਕਿ ਹਜੇ ਆਪਰੇਸ਼ਨ ਜਸਟ ਫਿਨਿਸ਼ ਹੋਇਆ ਹੈਗਾ, ਅਤੇ ਇਹ ਤੋਂ ਬਾਅਦ ਫਿਰ ਤੁਹਾਡੇ ਨਾਲ ਉਹ ਜਿਹੜੀ ਬਾਕੀ ਡਿਟੇਲਸ ਆ ਰਿਕਵਰੀਜ਼ ਦੀ ਉਹ ਸ਼ੇਅਰ ਕਰਾਂ। ਮੈਸੇਜ ਇਹੀ ਹੈ ਕਿ ਇੱਕ ਤਾਂ ਮੈਂ ਇੱਥੇ ਹੁਣੀ ਜੁਆਇਨ ਕੀਤਾ 1 ਹਫ਼ਤਾ ਪਹਿਲਾਂ SDAG ਜਲੰਧਰ ਦੇ ਵਿੱਚ, ਜਿੰਨੇ ਹੈਬਿਚੁਅਲ ਅਫੈਂਡਰਸ ਆ ਪਿਛਲੇ 1 ਸਾਲ ਦੇ ਵਿੱਚ ਜਿਹੜੇ ਬੇਲ ਆਊਟ ਕ੍ਰਿਮੀਨਲਸ ਹੈ, ਚਾਹੇ ਉਹ ਲੁੱਟਾਂ ਖੋਹਾਂ ਦੀ ਵਾਰਦਾਤ ਦੇ ਵਿੱਚ ਸੀਗੇ ਇਨਵੋਲਵ, ਚਾਹੇ ਉਹ ਡਰੱਗਸ ਦੇ ਵਿੱਚ ਸੀਗੇ, ਕਿਉਂਕਿ ਮੈਂ ਸਮਝਦਾ ਕਿ 80% ਆਫ ਦਾ ਜਿਹੜਾ ਕ੍ਰਾਈਮ ਹੈਗਾ ਉਹ ਹੈਬਿਚੁਅਲ ਅਫੈਂਡਰਸ ਕਰਦੇ, ਬੇਲ ਤੋਂ ਬਾਹਰ ਆ ਜਾਂਦੇ, ਉਹਨਾਂ ਨੂੰ ਕੁਛ ਕਰਨ ਦਾ ਹੁੰਦਾ ਨਹੀਂ ਹੈਗਾ, ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ, ਉਹਨਾਂ ਦੇ ਖਿਲਾਫ਼ ਦਬਿਸ਼ ਦਿੱਤੀ ਜਾਏਗੀ ਔਰ ਉਹਨਾਂ ਦੇ ਖਿਲਾਫ਼ ਸਰਵੇਲੈਂਸ ਵਧਾਈ ਜਾਏਗੀ, ਤਾਂ ਕਿ ਜਿਹੜਾ ਹੈਗਾ ਕ੍ਰਾਈਮ ਵੱਧ। ਸ਼ਹਿਰ ਦੇ
ਵਿੱਚ ਨਾ ਬੇਲ ਆਊਟ ਕ੍ਰਿਮੀਨਲ ਕੁਛ ਬਹੁਤ ਸਾਰੇ ਇੱਦਾਂ ਦੇ ਹੈਗੇ ਜਿਹਨਾਂ ਦੇ ਰੀਸੈਂਟ ਪਿੱਛੇ ਜਿਹੇ ਪ੍ਰੋਪਰਟੀਆਂ ਵੀ ਸੀਲ ਹੋਈਆਂ ਅਤੇ ਲੇਕਿਨ ਹਜੇ ਵੀ ਉਹ ਸ਼ਰੇਆਮ ਸ਼ਹਿਰ ਦੇ ਵਿੱਚ ਗਲਤ ਕੰਮ ਕਰ ਰਹੇ ਇਹ ਔਨਗੋਇੰਗ ਪ੍ਰੋਸੈਸ ਹੈ ਕੋਈ ਕ੍ਰਾਈਮ ਕਰਦਾ ਹੈ ਉਹਦੇ ਖਿਲਾਫ ਪਰਚਾ ਦਰਜ ਹੁੰਦਾ ਹੈ ਸਜ਼ਾ ਹੁੰਦੀ ਹੈ ਪ੍ਰੀਵੈਂਟਿਵ ਐਕਸ਼ਨ ਲਿੱਤਾ ਜਾਂਦਾ ਇਸੇ ਕਰਕੇ ਸਾਡੇ ਕੋਲ ਪ੍ਰੀਵੈਂਟਿਵ ਐਕਸ਼ਨ ਦੀ ਧਾਰਾਵਾਂ ਹੈਗੀਆਂ ਵੀ 10 DBS ਦੇ ਵਿੱਚ ਵੀ ਅਸੀਂ ਪ੍ਰਪੋਜ਼ਲ ਮੂਵ ਕੀਤੇ ਹੋਏ ਜਿਹਦੇ ਵਿੱਚ ਕਿ 180 ਦਿਨ ਦੇ 180 ਦਿਨ ਤੱਕ ਉਹਨੂੰ ਡਿਟੇਨ ਕੀਤਾ ਜਾਂਦਾ ਔਰ ਜੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਹਜੇ ਵੀ ਉਹ ਨਹੀਂ ਰੁਕ ਰਹੇ ਹੈਗੇ ਉਹਨਾਂ ਦੇ ਨਾਮ ਦਿਓ ਉਹਨਾਂ ਦੇ ਖਿਲਾਫ਼ ਹੋਰ ਸਖ਼ਤ ਐਕਸ਼ਨ ਕੀਤਾ ਜਾਏਗਾ ਬਟ ਆਈ ਥਿੰਕ ਜੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਖਿਲਾਫ਼ ਕ੍ਰਿਮੀਨਲ ਜਿਹੜਾ ਹੈਗਾ ਉਹਦੇ ਖਿਲਾਫ਼ ਐਕਸ਼ਨ ਲੈਂਦੇ ਹਾਂ ਚਲਾਨ ਟੂ ਕੋਰਟ ਹੁੰਦੇ ਹਾਂ ਟਾਈਮ 'ਤੇ ਸਜ਼ਾ ਮਿਲਦੀ ਹੈ ਔਰ ਇਸ ਤਰ੍ਹਾਂ ਦੀ ਦਬਿਸ਼ ਦਿੱਤੀ ਜਾਂਦੀ ਇਸ ਤਰ੍ਹਾਂ ਦੇ ਆਪਰੇਸ਼ਨ ਲਾਂਚ ਕੀਤੇ ਜਾਂਦੇ ਆ ਤਾਂ ਡੈਫੀਨੇਟਲੀ ਜਿਹੜਾ ਹੈਗਾ ਅਸੀਂ ਇੱਕ ਕ੍ਰਾਈਮ ਫਰੀ ਸੋਸਾਇਟੀ ਦੀ ਕਲਪਨਾ ਕਰ ਸਕਦੇ ਅਸੀਂ ਅੱਜ 14 ਦੇ ਕਰੀਬ ਐਕਿਊਜ਼ਡ ਫੜੇ ਹੈਗੇ ਹਾਂ ਜਿਹੜੇ ਵੱਖ ਵੱਖ ਕੇਸਾਂ ਦੇ ਵਿੱਚ ਇਨਵੋਲਵ ਸੀਗੇ 10 ਦੇ ਕਰੀਬ ਜਿਹੜੇ ਹੈਗੇ ਸ਼ੱਕੀ ਵਿਅਕਤੀ ਫੜ ਕੇ ਲਿਆ ਗਏ ਦੋ ਸਬਡਿਵੀਜ਼ਨ ਹਜੇ ਵੀ ਜਿਹੜਾ ਹੈਗਾ ਆਪਰੇਸ਼ਨ ਕਿਹੜੀ ਕਿਹੜੀ ਸਬਡਿਵੀਜ਼ਨ ਕਪੂਰਥਲੇ ਜ਼ਿਲ੍ਹੇ 'ਚ ਚੱਲ ਰਹੇ ਜਿਹੜਾ ਕਪੂਰਥਲਾ ਸਿਟੀ ਹੈਗੀ ਖਤਮ ਹੋ ਗਿਆ ਹੈਗਾ ਆਪਰੇਸ਼ਨ ਮੁਲਤ ਔਰ ਸੁਲਤਾਨਪੁਰ ਲੋਧੀ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਪੂਰੇ ਪੂਰੀ ਰੇਂਜ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਇਹ ਸਿਰਫ ਕਪੂਰਥਲਾ ਦਾ ਜਿਹੜਾ ਡੇਟਾ ਤੁਹਾਨੂੰ ਚੇਕ ਕੀਤਾ ਸੁਲਤਾਨਪੁਰ ਲੋਧੀ ਦੇ ਵਿੱਚ ਲਾਡਿਆਵਾਲ ਲੋਧੀ ਪਿੰਡ ਚ ਆਪਰੇਸ਼ਨ ਚੱਲ ਰਿਹਾ ਹੈ ਮੁਲਾ ਦੇ ਵਿੱਚ ਹਮੀਰਾ ਔਰ ਬੂਟ ਪਿੰਡ ਮੇ ਚੱਲ ਰਿਹਾ ਹੈ ਫਗਵਾੜਾ ਮੇ ਸਾਡੀ ਕਾਲੋਨੀਜ਼ ਹੈ ਜਿੱਥੇ ਸਾਡਾ ਉੱਥੇ ਬਹੁਤ ਸਾਰੇ ਲੋਕ ਜਿਹੜੇ ਬਾਹਰ ਤੋਂ ਆ ਕੇ ਵੱਸਦੇ ਹੈ ਪਿਛਲੇ ਦਿਨਾਂ ਚ ਜਾਂ ਪਿਛਲੇ ਕੁਛ ਸਮੇਂ ਪਹਿਲਾਂ ਚੱਲੀਏ ਜਿਹੜੇ ਮਤਲਬ ਹੌਟਸਪੋਟ ਤੁਸੀਂ ਕਹਿ ਰਹੇ ਏਰੀਏ ਜਿੱਦਾਂ ਹੁਣ ਮੈਮ ਨੇ ਨਾ ਲਿਆ ਤੋਤੀ ਆ ਜਾਂ ਲਾਟੀਆਂਵਾਲ ਪਿੰਡ ਆ ਜਾਂ ਬੂਟਾ ਪਿੰਡ ਹੈਗਾ ਇਹਨਾਂ ਪਿੰਡਾਂ ਦੇ ਜਿਹੜੇ ਲੋਕਾਂ ਨੂੰ ਅੱਗੇ ਵੀ ਮੋਟੀਵੇਟ ਕਰਨ ਲਈ ਇੱਕ ਐਫਰਟ ਹੋਈ ਸੀ ਉਹਨਾਂ ਕੋਲ ਈਵਨ ਕਿ ਉਹਨਾਂ ਨੇ ਐਫੀਡੇਵਿਟ ਵੀ ਦਿੱਤੇ ਸੀ ਅਸੀਂ ਕਿਸੇ ਦੀ ਬੇਲ ਆਊਟ ਵੀ ਨਹੀਂ ਕਰਾਵਾਂਗੇ ਕੁਛ ਇੱਦਾਂ ਦਾ ਓਪਰੇਸ਼ਨ ਚਲਾ ਰਹੇ ਵੀ ਜਿਹੜੇ ਉਹਨਾਂ ਨੂੰ ਆਪਾਂ ਸਮਾਜ ਦੀ ਧਾਰਾ 'ਚ ਲਿਆਇਆ ਜਾ ਸਕੇ ਸਰ ਸਾਡੀ ਨਾ 537 ਵਿਲੇਜ ਡਿਫੈਂਸ ਕਮੇਟੀਜ਼ ਬਣ ਗਈ ਹੈ ਮੈਂ ਤੁਹਾਨੂੰ ਮਤਲਬ ਇਹ ਆਪਣੇ ਸਰ ਦੇ ਮਾਧਿਅਮ ਸੇ ਤੁਹਾਨੂੰ ਅਵਗਤ ਕਰਾਉਣਾ ਹੈ ਕਿ ਕੱਲ੍ਹ ਜਿਹੜੇ ਨਾ ਸਾਡੇ ਕੋਲ ਲਾਟਿਆਵਾਲ ਪਿੰਡ ਦੀ ਪੰਚਾਇਤ ਆਈ ਸੀ ਸਾਡੇ ਉੱਤੇ ਸਖ਼ਤ ਐਕਸ਼ਨ ਹੋਣ ਕਰਕੇ ਕੱਲ੍ਹ ਉਹਨਾਂ ਨੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਤੁਹਾਨੂੰ ਐਫੀਡੇਵਿਟ ਵੀ ਦਵਾ ਦੇਵਾਂਗੇ ਨਾਲ ਨਾਲ ਗੁਰਦੁਆਰੇ ਦੇ ਵਿੱਚ ਸੌਂ ਵੀ ਖਾਵਾਂਗੇ ਕਿ ਸਾਡੇ ਪਿੱਛੋਂ ਇੱਕ ਵੀ ਬੱਚਾ ਨਾ ਹੁਣ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੇਗਾ ਲੇਕਿਨ ਬਰਾਏ ਮਿਹਰਬਾਨੀ ਤੁਸੀਂ ਸਾਡੇ ਏਰੀਏ 'ਚ ਰੇਡ ਨਾ ਕਰੋ ਇਸ ਕਰਕੇ ਅਸੀਂ ਸਰ ਵੀਵਰ ਕੈਂਪਿੰਗ ਅਸੀਂ ਨਾ ਜਿੰਨੇ ਵੀ ਪਿੰਡ ਹੈ ਹੌਟਸਪੋਟ ਉੱਤੇ ਅਸੀਂ ਕੈਂਪਿੰਗ ਕੀਤੀ ਹੈ ਪਿੱਛੇ ਅਤੇ ਡੋਗਰਾਵਾਲ 'ਤੇ ਵੀ ਕੀਤੀ ਹੈ ਡੋਗਰਾਵਾਲ ਤੋਂ ਇਲਾਵਾ ਹੁਣ ਲਾਤਿਆਵਾਲ ਲੋਕੀ ਬੂਟਾ ਪਿੰਡ ਇਹ ਸਾਡੇ ਕਵਰ ਹੋ ਚੁੱਕੇ ਹੁਣ ਅਸੀਂ ਵੀ ਆਰ ਪ੍ਰੋਗਰੈਸਿੰਗ ਇਨ ਕਪੂਰਥਲਾ ਕਪੂਰਥਲਾ ਦੇ ਵਿੱਚ ਸਰ ਅਸੀਂ ਹੁਣ ਸਾਡੇ ਜੋ ਟਾਰਗੇਟਸ ਹੈ ਦੇ ਆਰ ਖੁਕਰੈਨ ਪਿੰਡ ਦੇ ਵਿੱਚ ਅਸੀਂ ਆਪਰੇਸ਼ਨ ਕਰ ਰਹੇ ਹਾਂ ਤੋ ਬਹੁਤ ਜਲਦੀ ਤੁਹਾਨੂੰ ਉੱਥੇ ਵੀ ਆਈ ਥਿੰਕ ਪਬਲਿਕ ਆ ਕੇ ਕਹੇਗੀ ਕਿ ਜੀ ਸਾਡੇ ਤੁਸੀਂ ਰੇਡ ਕਰਨਾ ਬੰਦ ਕਰੋ ਅਸੀਂ ਕਸਮ ਖਾਣ ਨੂੰ ਤਿਆਰ ਹਾਂ ਤੋ ਸਾਡੇ 4-5 ਪਿੰਡੋਂ ਮੈਂ ਤੋਂ ਅਸੀਂ ਬਹੁਤ ਮੇਜਰਲੀ ਆਪਰੇਸ਼ਨ ਚਲਾਇਆ ਹੈ ਜਿਹੜਾ ਵਿਲੇਜ ਡਿਫੈਂਸ ਕਮੇਟੀ ਦਾ ਕਨਸੈਪਟ ਇਹੀ ਹੈ ਕਿ ਜਿਹੜਾ ਕ੍ਰਿਮੀਨਲ ਹੈ ਉਹ ਕ੍ਰਾਈਮ ਕਰਕੇ ਵਾਪਸ ਜਾਂ ਤਾਂ ਕਿਸੇ ਮਹੱਲੇ 'ਚ ਜਾਂ ਪਿੰਡ ਦੇ ਵਿੱਚ ਹੀ ਰਹਿੰਦਾ ਹੈਗਾ ਚਾਹੇ ਪਰ ਅਗਰ ਲੋਕ ਉਸਦਾ ਸਾਥ ਨਾ ਦੇਣ ਮਤਲਬ ਲੋਕ ਪੁਲਿਸ ਦਾ ਸਾਥ ਦੇਣ ਲੋਕ ਪੁਲਿਸ ਨੂੰ ਇਨਫੋਰਮੇਸ਼ਨ ਟਾਈਮਲੀ ਦੇ ਦੇਣ ਤਾਂ ਜਿਹੜਾ ਸ਼ਿਕੰਜਾ ਹੈ ਉਹ ਜ਼ਿਆਦਾ ਕੱਸਿਆ ਜਾ ਸਕਦਾ ਕ੍ਰਿਮੀਨਲਸ ਦੇ ਖਿਲਾਫ਼ ਔਰ ਜਿਵੇਂ ਕਿ ਮੈਡਮ ਬਤਸਰਾ ਨੇ ਦੱਸਿਆ SSP ਕਪੂਰਥਲਾ ਇਹਨਾਂ ਨੇ ਜਿਵੇਂ ਦੱਸਿਆ ਕਿ ਸਾਡੇ ਕੋਲ ਪਿੰਡਾਂ ਵਾਲੇ ਲੋਕ ਐਫੀਡੇਵਿਟ ਵੀ ਆ ਕੇ ਦੇ ਰਹੇ ਕਿ ਅਸੀਂ ਹੁਣ ਮਤਲਬ ਤੁਸੀਂ ਇਸ 'ਤੇ
ਸਾਡੇ ਪਿੰਡ 'ਚ ਰੇਡ ਨਾ ਕਰੋ, ਹੁਣ ਬੰਦਾ ਸੁਧਰ ਗਿਆ ਜਾਂ ਕ੍ਰਾਈਮ ਨਹੀਂ ਕਰੇਗਾ, ਉਸ ਤਰ੍ਹਾਂ ਦੀ ਉਹ ਜ਼ਿੰਮੇਵਾਰੀ ਲੈ ਰਹੇ ਹਨ, ਤਾਂ ਇਹ ਬਹੁਤ ਵੱਡਾ ਇੱਥੇ ਕਦਮ ਲੈ ਗਿਆ। ਐਫੀਡੇਵਿਟ ਤਾਂ ਪਹਿਲਾਂ ਵੀ ਦਿੱਤੇ ਸੀਗੇ ਬੂਟਾ ਪਿੰਡ ਦੇ ਵਿੱਚ, ਪਰ ਟਾਈਮ ਥੰਮਿਆ ਨਹੀਂ ਆ। ਇਹ ਆਨਗੋਇੰਗ ਪ੍ਰੋਸੈਸ ਹੈ, ਸਾਡੀ ਦਵੇਸ਼ ਮਿਸ਼ਨ ਜਾਰੀ ਰਹੇਗੀ, ਪਰ ਵਧੀਆ ਤੋਂ ਵਧੀਆ ਅਸੀਂ ਕੰਮ ਕਰਨ ਦੀ ਇਸ 'ਚ ਕੋਸ਼ਿਸ਼ ਕਰਾਂਗੇ।